ਹਾਂਜੀ ਸਰਨ ਸਸੀਕਾਲ ਸਲਾਮ ਨਮਸਕਾਰ ਤੁਹਾਡਾ ਚੈਨਲ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਪਿਆਰਾ ਚੈਨਲ ਆਪਣਾ ਫਤੂਰੋ ਇੰਟਰਨੈਸ਼ਨਲ ਚੈਨਲ ਵੀਡੀਓ ਨੂੰ ਲਾਈਕ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜਿਹੜਾ ਬਿਲਕੁਲ ਨਹੀਂ ਭੁੱਲਣਾ ਜਿਹੜੀ ਪਹਿਲੀ ਖਬਰ ਹੈ ਜੀ ਇੱਕ ਪਲੇਨ ਦੇ ਨਾਲ ਸੰਬੰਧਿਤ ਹੈ ਇੱਥੇ ਤੁਹਾਨੂੰ ਇਹ ਦੱਸ ਦਈਏ ਕਿ ਜਿਹੜੇ ਜਹਾਜ਼ ਹੁੰਦੇ ਨੇ ਇਹਨਾਂ ਦੇ ਪਰਾਂ ਦੇ ਵਿੱਚ ਵੀ ਤੇ ਜਿੱਥੇ ਸਮਾਨ ਥੱਲੇ ਰੱਖਿਆ ਜਾਂਦਾ ਉਸ ਜਗ੍ਹਾ ਦੇ ਉੱਤੇ ਵੀ ਇੱਕ ਵੱਡੀਆਂ ਟੈਂਕੀਆਂ ਬਣੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਵਿੱਚ ਲੱਖਾਂ ਲੀਟਰ ਦੇ ਹਿਸਾਬ ਦੇ ਨਾਲ ਜਿਹੜਾ ਇਹਨਾਂ ਦੇ ਵਿੱਚ ਤੇਲ ਭਰਿਆ ਜਾਂਦਾ ਹੈ ਜਹਾਜ਼ ਉੱਡਣ ਤੋਂ ਪਹਿਲਾਂ ਤੁਸੀਂ ਵੀ ਕਈ ਵਾਰ ਸੁਣਿਆ ਹੋਵੇਗਾ ਕਿ ਕਈ ਵਾਰ ਖਬਰਾਂ ਇਹੋ ਜਿਹੀ ਆਉਂਦੀਆਂ ਹਨ ਕਿ ਜਹਾਜ਼ ਜਿਹੜਾ ਹੈ ਜੀ ਕਿਤੇ ਡਿੱਗ ਪਿਆ ਤੇ ਇੱਕਦਮ ਜਿਹੜਾ ਉਹਦੇ ਵਿੱਚ ਅੱਗ ਪੈ ਗਈ ਇਹਦਾ ਜਿਹੜਾ ਮੇਨ ਕਾਰਨ ਇਹੀ ਹੁੰਦਾ ਹੈ ਕਿ ਜਹਾਜ਼ ਦੇ ਵਿੱਚ ਜਿਹੜਾ ਪੈਟਰੋਲ ਹੈ ਜੀ ਉਹ ਇੱਕ ਬੰਬ ਦਾ ਕੰਮ ਕਰਦਾ ਹੈ ਤੇ ਇੰਨਾ ਜ਼ਿਆਦਾ ਵੱਡੀ ਮਾਤਰਾ ਦੇ ਵਿੱਚ ਜਿਹੜਾ ਪੈਟਰੋਲ ਹੈ ਉਹਦੀ ਵਜ੍ਹਾ ਤੇ ਨਾਲ ਹੀ ਜਹਾਜ਼ ਨੂੰ ਜਿਹੜੀ ਅੱਗ ਲੱਗਦੀ ਹੈ ਹੁਣ ਇਸੇ ਤਰ੍ਹਾਂ ਦੀ ਜਿਹੜੀ ਸਮੱਸਿਆ ਇੱਕ ਜਹਾਜ਼ ਦੇ ਵਿੱਚ ਆਈ ਹੈ ਹੋਇਆ ਇਸ ਤਰ੍ਹਾਂ ਕਿ ਤ੍ਰੀਚੀ ਤੂੰ ਸ਼ਾਰਜ ਜਾ ਰਿਹਾ ਸੀ ਇੱਕ 에어 ਇੰਡੀਆ ਦਾ ਜਹਾਜ਼ ਅਚਾਨਕ ਕੀ ਹੁੰਦਾ ਹੈ ਕਿ ਇਹਦਾ ਜਿਹੜਾ ਲੈਂਡਿੰਗ ਗੀਅਰ ਹੁੰਦਾ ਹੈ ਲੈਂਡਿੰਗ ਗੀਅਰ ਹੁੰਦਾ ਹੈ ਜਿਹੜਾ ਇਹਦਾ ਸਾਹਮਣੇ ਵਾਲੇ ਟਾਇਰ ਹੁੰਦੇ ਹਨ ਤੇ ਪਿਛਲੇ ਟਾਇਰ ਜਦੋਂ ਜਹਾਜ਼ ਉੱਪਰ ਉੱਡਣਾ ਸ਼ੁਰੂ ਕਰ ਦਿੰਦਾ ਹੈ ਮਤਲਬ ਕਿ ਟੇਕ-ਆਫ ਹੋ ਜਾਂਦਾ ਹੈ ਤੇ ਉਸ ਵੇਲੇ ਜਿਹੜੇ ਪਹੀਏ ਹਨ ਉਹ ਅੰਦਰ ਜਾਣੇ ਚਾਹੀਦੇ ਹਨ ਆਟੋਮੈਟਿਕਲ ਤਰੀਕੇ ਨਾਲ ਤੇ ਉਹ ਜਿਹੜੀ ਕੈਬਨ ਹੈ ਜੀ ਬੰਦ ਹੋ ਜਾਂਦੀ ਹੈ ਪਰੰਤੂ ਇਸ ਜਹਾਜ਼ ਦੇ ਨਾਲ ਕੀ ਹੋਇਆ ਕਿ ਜਿਹੜੇ ਪਹੀਏ ਲੈਂਡਿੰਗ ਗੀਅਰ ਦੇ ਵਿੱਚ ਖਰਾਬੀ ਆ ਗਈ ਤੇ ਪਹੀਏ ਜਿਹੜੇ ਸੀ ਉਹ ਅੰਦਰ ਨਹੀਂ ਜਾ ਰਹੇ ਸੀ ਜਿਹਦੀ ਵਜ੍ਹਾ ਦੇ ਨਾਲ ਜਿਹੜੀਆਂ ਇਹ ਜਹਾਜ਼ ਦੇ ਵਿੱਚ ਹੋਰ ਪ੍ਰੋਬਲਮ ਵੀ ਹੋਣੀਆਂ ਸ਼ੁਰੂ ਹੋ ਗਈਆਂ। ਹੁਣ ਇੱਥੇ ਇੱਕ ਵੱਡੀ ਸਮੱਸਿਆ ਇਹ ਵੀ ਸੀ ਕਿ ਜਹਾਜ਼ ਦੇ ਵਿੱਚ 141 ਯਾਤਰੀ ਵੀ ਸਵਾਰ ਸਨ ਤੇ ਅਮਰਜੈਂਸੀ ਲੈਂਡਿੰਗ ਵੀ ਜਿਹੜੀ ਇਸ ਦੀ ਕਰਾਉਣੀ ਜ਼ਰੂਰੀ ਸੀ। ਉਸ ਤੋਂ ਬਾਅਦ ਜਿਹੜਾ ਫਿਰ ਦਿਮਾਗ ਲਾਇਆ ਜਾਂਦਾ ਕਿ ਜਿਹੜਾ ਜਹਾਜ਼ ਨੂੰ ਕਿਵੇਂ ਥੱਲੇ ਉਤਾਰਿਆ ਜਾਵੇ। ਉਸ ਤੋਂ ਬਾਅਦ ਜਿਹੜਾ ਫਿਰ ਅਧਿਕਾਰੀ ਸਾਹਿਬ ਨੇ ਫੈਸਲਾ ਲਿਆ ਕਿ ਪਹਿਲਾਂ ਜਿਹੜਾ ਜਹਾਜ਼ ਦਾ ਪੈਟਰੋਲ ਹੈ ਜੀ ਪੂਰਾ ਤਰ੍ਹਾਂ ਅਸਮਾਨ ਦੇ ਵਿੱਚ ਇਸ ਪੈਟਰੋਲ ਨੂੰ ਖਤਮ ਕੀਤਾ ਜਾਵੇ ਪੂਰੀ ਤਰ੍ਹਾਂ ਦੇ ਨਾਲ। ਤੇ ਬਾਅਦ ਵੀ ਜਿਹੜਾ ਇਸ ਜਹਾਜ਼ ਦਾ ਜਿਹੜਾ ਪੈਟਰੋਲ ਹਵਾ ਦੇ ਵਿੱਚ ਹੀ ਖਤਮ ਕੀਤਾ ਗਿਆ ਜਦੋਂ ਇਸ ਦਾ ਪੈਟਰੋਲ ਪੂਰਾ ਖਤਮ ਹੋ ਜਾਂਦਾ ਹੈ ਤੇ ਉਸੇ ਟਾਈਮ ਜਿਹੜਾ ਹੈ ਜੀ ਇਸ ਜਹਾਜ਼ ਨੂੰ ਜਿੱਦਾਂ ਕਿ ਉਹਨਾਂ ਨੇ ਸੰਪਰਕ ਪਹਿਲਾਂ ਹੀ ਇਹ ਆਪਣੀ ਰਿਪੋਰਟ ਦੇ ਨਾਲ ਕੀਤੀ ਹੋਈ ਸਨ ਤੇ ਏਅਰਪੋਰਟ ਦੇ ਉੱਤੇ ਇਸ ਜਹਾਜ਼ ਨੂੰ ਜਿਹੜਾ ਉਤਾਰਿਆ ਜਾਂਦਾ ਹੈ ਦੱਸਿਆ ਗਿਆ ਕਿ ਜਿਹੜੀ ਆਪਣੀ ਸਫਲ ਲੈਂਡਿੰਗ ਹੋਈ ਹੈ ਹੁਣ ਇੱਥੇ ਦੱਸ ਜੀਏ ਕਿ ਤੁਹਾਡੇ ਮਨ ਦੇ ਵਿੱਚ ਆਏਗਾ ਕਿ ਜਿਹੜਾ ਪੈਟਰੋਲ ਪਹਿਲਾਂ ਕਿਉਂ ਪੂਰਾ ਹਵਾ ਦੇ ਵਿੱਚ ਹੀ ਖਤਮ ਕੀਤਾ ਗਿਆ ਉਹਦਾ ਜਿਹੜਾ ਕਾਰਨ ਇਹ ਸੀ ਕਿ ਜੇ ਕੋਈ ਦੁਰਘਟਨਾ ਵੀ ਹੁੰਦੀ ਹੈ ਤੇ ਅੱਗ ਲੱਗਣ ਦੀ ਜਿਹੜੀ ਸੰਭਾਵਨਾ ਹੈ ਜੀ ਉਹ ਬਿਲਕੁਲ ਹੁਣ ਚਲਦੇ ਹਾਂ ਜੀ ਆਪਣੇ ਨੈਕਸਟ ਅਪਡੇਟ ਤੇ ਉਹਨਾਂ ਲੋਕਾਂ ਦੇ ਨਾਲ ਸੰਬੰਧਿਤ ਹੈ ਜਿਨ੍ਹਾਂ ਨੇ ਜਿਹੜੇ ਇਟਲੀ ਦੇ ਵਿੱਚ ਘਰ ਲਏ ਹੋਏ ਹਨ ਹੁਣ ਜਿਨ੍ਹਾਂ ਲੋਕਾਂ ਨੇ ਤਾਂ तकरीबन 4-5 ਸਾਲ ਪਹਿਲਾਂ ਦੇ ਜਿਹੜੇ ਘਰ ਲਏ ਹੋਏ ਹਨ ਉਹਨਾਂ ਨੂੰ ਤਾਂ ਜਿਹੜਾ ਇਸ ਟਾਈਮ ਫਾਇਦਾ ਹੈ ਫਾਇਦਾ ਇਸ ਟੀ ਦਾ ਹੈ ਕਿ ਜਿਹੜਾ ਉਹਨਾਂ ਦਾ ਵਿਆਜ ਸੀ ਵਿਆਜ ਦੀ ਜਿਹੜੀ ਦਰ ਸੀ ਉਹ ਘਟ ਸੀ ਪਰੰਤੂ ਜਿਨ੍ਹਾਂ ਲੋਕਾਂ ਨੇ ਫਿਲਹਾਲ ਦੇ ਵਿੱਚ ਹੀ ਘਰ ਲਏ ਹਨ ਕੁਝ ਸਮਾਂ ਪਹਿਲਾਂ ਹੀ ਉਹਨਾਂ ਦੇ ਜਿਹੜੇ ਵਿਆਜ ਦਰ ਬਹੁਤ ਉੱਚੀ ਉਸ ਟਾਈਮ ਚੱਲ ਰਹੀ ਸੀ ਕਰੋਨਾ ਤੋਂ ਬਾਅਦ ਕਹਿ ਸਕਦੇ ਹਾਂ ਤੇ तकरीबन 4.5% 5.5% ਤੱਕ ਵੀ ਲੋਕਾਂ ਨੇ ਜਿਹੜੇ ਵਿਆਜ ਦੇ ਉੱਤੇ ਮਕਾਨ ਲਏ ਹਨ ਇਹਦਾ ਮਤਲਬ ਕੀ ਹੈ ਕਿ ਜੇ ਤੁਸੀਂ 1 ਲੱਖ ਦਾ ਲੋਨ ਲਿਆ ਤੇ ਕਿਸੇ ਨੂੰ 80000 ਵਾਪਸ ਮੋੜਨਾ ਪੈ ਰਿਹਾ ਕਿਸੇ ਨੂੰ 65000 ਕਿਸੇ ਨੂੰ 70000 ਤੇ ਜਿਨ੍ਹਾਂ ਨੇ तकरीबन 2020 ਤੋਂ ਪਹਿਲਾਂ ਦੇ ਘਰ ਲਏ ਸਨ ਉਹਨਾਂ ਲੋਕਾਂ ਦੀ ਜਿਹੜੇ ਵਿਆਜ ਘਟ ਸਨ ਤੇ ਕਈਆਂ ਇਹ ਤਾਂ 0. ਕੁਝ ਵਿਆਜ ਵੀ ਚੱਲ ਰਹੇ ਹਨ ਜਿਨ੍ਹਾਂ ਨੇ ਫੀਸ ਤੋਂ ਕਿਸ਼ਤਾਂ ਕਰਵਾਈਆਂ ਹੋਈਆਂ ਸਨ ਉਹਨਾਂ ਨੂੰ ਕੀ ਹੁੰਦਾ ਹੈ ਕਿ ਲੱਖ ਅਗਰ ਲੋਨ ਲਿਆ ਹੈ ਤਾਂ ਉਹਦੇ ਪਿੱਛੇ 10000 ਰੁਪਇਆ ਹੀ ਜਿਹੜਾ ਵਿਆਜ ਦੇਣਾ ਪੈਂਦਾ ਸੀ ਜਿਨ੍ਹਾਂ ਨੇ ਪੁਰਾਣੇ ਘਰ ਲਏ ਹਨ ਪਰ ਹਾਂ ਤੁ ਜਿਨ੍ਹਾਂ ਨੇ ਹੁਣ ਕਰ ਲਏ ਹਨ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਦੁੱਗਣਾ ਵਿਆਜ ਦੇਣਾ ਪਿਆ ਰਿਹਾ ਹੈ ਤਕਰੀਬਨ ਤਕਰੀਬਨ ਆਪਾਂ ਕਹਿ ਸਕਦੇ ਹਾਂ ਹੁਣ ਇਹਦਾ ਆਪਸ਼ਨ ਕੀ ਹੈ ਇਹਦਾ ਆਪਸ਼ਨ ਇਹ ਹੁੰਦਾ ਹੈ ਕਿ ਜਿੱਦਾਂ ਤੁਸੀਂ ਆਪਣੇ ਮੋਬਾਈਲ ਦਾ ਜਿਹੜਾ SIM ਹੈ ਜੀ ਆਪਰੇਟਰ ਬਦਲ ਲੈਂਦੇ ਹੋ ਇਸੇ ਤਰ੍ਹਾਂ ਤੁਸੀਂ ਜਿਹੜੀ ਆਪਣੀ ਬੈਂਕ ਬਦਲ ਸਕਦੇ ਹੋ ਜੇ ਤੁਹਾਨੂੰ ਲੱਗ ਰਿਹਾ ਕਿ ਹੁਣ ਜਿੰਨਾ ਤੁਸੀਂ ਵਿਆਜ ਦੇ ਰਹੇ ਹੋ ਉਸ ਤੋਂ ਜਿਹੜਾ ਮਾਰਕੀਟ ਦੇ ਵਿੱਚ ਘੱਟ ਰੇਟ ਚੱਲ ਰਿਹਾ ਹੈ ਤੁਸੀਂ ਚੈੱਕ ਕਰ ਸਕਦੇ ਹੋ ਵੈਬਸਾਈਟਾਂ ਵਗੈਰਾ ਦੇ ਉੱਤੇ ਜਾ ਕੇ ਜੇ ਤੁਹਾਨੂੰ ਲੱਗਦਾ ਹੈ ਕਿ ਰੇਟ ਘੱਟ ਚੱਲ ਰਿਹਾ ਹੈ ਤੁਸੀਂ ਸਰੋਗਾ ਕਰਵਾ ਸਕਦੇ ਹੋ ਕਿਸੇ ਬੈਂਕ ਦੇ ਨਾਲ ਜਾ ਕੇ ਗੱਲਬਾਤ ਕਰ ਸਕਦੇ ਹੋ ਆਪ ਵੀ ਸਿੱਧੀ ਗੱਲਬਾਤ ਕਰ ਸਕਦੇ ਹੋ ਜਾਂ ਫਿਰ ਤੁਸੀਂ ਜਿੱਦਾਂ ਕਿ ਬ੍ਰੋਕਰ ਦੇ ਥਰੂ ਵੀ ਗੱਲਬਾਤ ਕਰਵਾ ਸਕਦੇ ਹੋ ਇਹਦਾ ਵੀ ਜਿਹੜਾ ਪ੍ਰੋਸੈਸਿੰਗ ਜਿੱਦਾਂ ਕਿ ਆਪਾਂ ਕਹਿ ਸਕਦੇ ਹਾਂ ਜਿਹੜਾ ਪ੍ਰੋਸੀਜਰ ਕਹਿ ਸਕਦੇ ਹਾਂ ਬਿਲਕੁਲ ਸੇਮ ਹੁੰਦਾ ਹੈ ਜਿਹੜਾ ਬੈਂਕ ਦਾ ਫਿਰ ਨਵੀਂ ਬੈਂਕ ਦੇ ਜਿਹੜੇ ਬੰਦੇ ਆਉਂਦੇ ਹਨ ਘਰ ਦੇਖਣ ਦੇ ਵਾਸਤੇ ਜਿਹੜੀ ਉਹ ਘਰ ਦਾ ਮੁੱਲ ਪਾਇਆ ਜਾਂਦਾ ਹੈ ਬੈਂਕ ਦੇ ਵੱਲੋਂ ਕਿਉਂਕਿ ਅਗਰ ਦੂਜੀ ਬੈਂਕ ਨੇ ਵੀ ਤੁਹਾਨੂੰ ਜਿਹੜਾ ਲੋਨ ਦੇਣਾ ਹੈ ਤਾਂ ਉਸਨੇ ਵੀ ਜਿਹੜੀ ਆਪਣੀ ਤਸੱਲੀ ਕਰਨੀ ਹੈ ਸੋ ਜਿਹੜਾ ਸਰੂਗਾ ਹੈ ਕਿ ਸਾਰਿਆਂ ਦੇ ਵਾਸਤੇ ਬੈਨੀਫਿਟ ਨਹੀਂ ਦਿੰਦਾ ਜਿਨ੍ਹਾਂ ਦੇ ਵਿਆਜ ਜ਼ਿਆਦਾ ਹਨ ਉਹਨਾਂ ਦੇ ਵਾਸਤੇ ਠੀਕ ਹੈ ਜਿਨ੍ਹਾਂ ਦੇ ਵਿਆਜ ਘੱਟ ਹਨ ਜਿਨ੍ਹਾਂ ਨੇ ਘੱਟ ਵਿਆਜ ਤੇ ਪਹਿਲਾਂ ਹੀ ਕਰਜ਼ਾ ਲਿਆ ਹੋਇਆ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੈ ਇਸ ਦਾ ਬਾਕੀ ਇਸ ਤੋਂ ਇਲਾਵਾ ਤਾਸੂ ਫੀਸੋ ਤੇ ਵਾਰੀਆ ਬਿਲੇ ਫੀਸੋ ਜਿਹੜਾ ਹੁੰਦਾ ਹੈ ਜੀ ਮੰਦੀ ਸ਼ਾਂਤੀ ਹੁੰਦੀ ਹੈ ਦੇ ਵਿੱਚ ਕਿਸ਼ਤ ਥੋੜੀ ਮਹਿੰਗੀ ਬਣਦੀ ਹੈ ਪਰੰਤੂ ਇਹਦੇ ਵਿੱਚ ਇਹ ਹੁੰਦਾ ਹੈ ਕਿ ਜਿੰਨੀ ਕਿਸ਼ਤ ਅੱਜ ਹੈ 20 ਸਾਲਾਂ ਬਾਅਦ ਵੀ ਜਿਹੜੀ ਕਿਸ਼ਤ ਉਨੀ ਹੀ ਰਹਿਣੀ ਹੈ ਜਿਹੜੀ ਵਾਰੀਆ ਬਿਲੇ ਹੁੰਦੀ ਹੈ ਉਹ ਤਾਂ ਮਤਲਬ ਇਹ ਹੁੰਦਾ ਹੈ ਕਿ ਜਿੰਨਾ ਅੱਜ ਵਿਆਜ ਦਾਤ ਜ਼ਿਆਦਾ ਹੈ ਤੇ ਕਿਸ਼ਤਾਂ ਜ਼ਿਆਦਾ ਹੋਣਗੀਆਂ ਅਗਰ ਵਿਆਜ ਕੱਲ ਨੂੰ ਕੱਟਦਾ ਹੈ ਤੇ ਕਿਸ ਜਿਹੜੀ ਹੈ ਜੀ ਘਟ ਜਾਂਦੀ ਹੈ ਹੁਣ ਚਲਦੇ ਹਾਂ ਜੀ ਆਪਣੇ ਨੈਕਸਟ ਟੌਪਿਕ ਦੇ ਉੱਤੇ ਜਿਨ੍ਹਾਂ ਦੇ ਬੱਚੇ ਜਿਹੜੇ ਯੂਕੇ ਦੇ ਵਿੱਚ ਪੜਨਾ ਚਾਹੁੰਦੇ ਹਨ ਤੇ ਉਹਨਾਂ ਦੇ ਵਾਸਤੇ ਜਿਹੜੀ ਇਹ ਖਬਰ ਹੈ ਜੀ ਇਸ ਨੂੰ ਕਹਿੰਦੇ ਨੇ ਬਾਲ ਵਿਦਿਆਰਥੀ ਵੀਜ਼ਾ ਚਾਈਲਡ ਸਟੂਡੈਂਟ ਵੀਜ਼ਾ ਕਿਹਾ ਜਾਂਦਾ ਹੈ ਜਿਹੜਾ ਕਿ 4 ਸਾਲ ਤੋਂ ਲੈ ਕੇ 17 ਸਾਲ ਦੀ ਉਮਰ ਤੱਕ ਦੇ ਵਿਦਿਆਰਥੀਆਂ ਨੂੰ ਗ੍ਰੀਟ ਬ੍ਰਿਟਨ ਦੇ ਵਿੱਚ ਪੜ੍ਹਨ ਦੀ ਜਿਹੜੀ ਆਗਿਆ ਦਿੰਦਾ ਹੈ ਇਹਦੇ ਵਿੱਚ ਜਿਹੜੇ ਬੱਚੇ ਹਨ ਜੀ ਯੂਕੇ ਦੇ ਜਿਹੜੀ ਮਾਨਤਾ ਪ੍ਰਾਪਤ ਸਕੂਲਾਂ ਉੱਥੇ ਇਹ ਪੜ੍ਹ ਸਕਦੇ ਹਨ ਇਸ ਵਿੱਚ ਵੱਡੀ ਗੱਲ ਇਹ ਹੈ ਕਿ ਮਾਤਾ ਪਿਤਾ ਜਿਹੜਾ ਉਸ ਦਾ ਸਰਪ੍ਰਸਤ ਹੋਵੇ ਉਹ ਵੀ ਨਾਲ ਜਾ ਸਕਦਾ ਹੈ ਯੂਕੇ ਦੇ ਵਿੱਚ ਬਸ਼ਰਤੇ ਕਿ ਉਹਨਾਂ ਦੇ ਕੋਲ ਜਿਹੜਾ ਉੱਥੇ ਰਹਿਣ ਦੇ ਵਾਸਤੇ ਜਿਹੜੇ ਸੰਸਾਧਨਾਂ ਹਾਂ ਜੀ ਆਪਣੇ ਹੋਣੇ ਚਾਹੀਦੇ ਹਨ ਬਾਕੀ ਜੇ ਬੱਚੇ ਦੀ ਉਮਰ ਜਿਹੜੀ ਹੈ ਜੀ 16 17 ਸਾਲ ਦੀ ਉਮਰ ਦਾ ਵਿਦਿਆਰਥੀ ਹੈ ਤਾਂ ਬਤ ਤੋਂ ਬਾਅਦ 6 ਸਾਲਾਂ ਦਾ ਜਿਹੜਾ ਵੀਜ਼ਾ ਉਸ ਨੂੰ ਮਿਲਦਾ ਹੈ ਜੇ 16 ਸਾਲ ਤੋਂ ਉਮਰ ਘੱਟ ਹੈ ਤਾਂ 6 ਸਾਲ ਤੋਂ ਜ਼ਿਆਦਾ ਦਾ ਵੀਜ਼ਾ ਵੀ ਉਸ ਨੂੰ ਮਿਲ ਜਾਂਦਾ ਹੈ ਜਿੰਨੀ ਮਰਲੇ ਪੜ੍ਹਾਈ ਦੀ ਮਿਆਦ ਹੋਵੇ ਬਾਕੀ ਜਿਹੜਾ ਵੀਜ਼ਾ ਹੈ ਜੀ 3 ਹਫ਼ਤੇ ਦੇ ਵਿੱਚ ਹੀ ਮਿਲ ਜਾਂਦਾ ਹੈ ਬਾਕੀ ਗੱਲ ਕਰ ਲਈ 80 ਦੇ ਵਿੱਚ ਜਿਹੜੇ ਪੇਪਰ 2025 ਦੇ ਵਿੱਚ ਖੁੱਲਣ ਦੇ ਜਿਹੜੇ ਚਾਂਸ ਹਨ ਇਹਦੇ ਵਿੱਚ ਜਿਹੜੇ ਦੋ ਵਾਰ ਪੇਪਰ ਖੁੱਲਣਗੇ ਕਲਿੱਕ ਦੇ ਜਿਹੜਾ ਹੈ ਜੀ ਦੱਸਿਆ ਗਿਆ ਹੈ ਕਿ ਦੋ ਵਾਰ ਹੋ ਸਕਦਾ ਹੈ ਵੈਸੇ ਜਿਹੜਾ ਫਾਈਨਲ ਨਹੀਂ ਹੈ ਇੱਕ ਤਾਂ ਜਿਹੜਾ ਹੈ ਜੀ ਜਨਵਰੀ ਤੇ ਦੂਸਰਾ ਦੱਸਿਆ ਗਿਆ ਹੈ ਕਿ ਸਾਲ ਦੇ ਅੱਧ ਤੋਂ ਬਾਅਦ ਜਿੱਦਾਂ ਕਿ ਜੂਨ ਜਾਂ ਜੁਲਾਈ ਦੇ ਵਿੱਚ ਈਸਟਰਨ ਲਾਵਾ ਜਿਹੜਾ ਕੈਨੇਡਾ ਹੈ ਜੀ ਉਹਦੇ ਵਿੱਚ ਵੀ ਸੈਂਕੜੇ ਪੰਜਾਬੀ ਵਿਦਿਆਰਥੀ ਜਿਹੜੇ ਹਨ ਜੀ ਸੜਕਾਂ ਦੇ ਉੱਪਰ ਉਤਰ ਚੁੱਕੇ ਹਨ ਡਰ ਕੀ ਹੈ ਡਰ ਇਹ ਹੈ ਕਿ ਜਿਹੜੇ ਵਿਦਿਆਰਥੀਆ ਨੇ ਉਹਨਾਂ ਦੇ ਮਨ ਦੇ ਵਿੱਚ ਡਰ ਹੈ ਕਿ ਸਰਕਾਰ ਉਹਨਾਂ ਨੂੰ ਜਿਹੜਾ ਕੈਨੇਡਾ ਦੇ ਵਿੱਚੋਂ ਬਾਹਰ ਕੱਢ ਸਕਦੀ ਹੈ। ਬਾਕੀ ਜਿਹੜਾ ਵਿਰੋਧ ਪ੍ਰਦਰਸ਼ਨ ਹੈ ਜੀ ਟ੍ਰਾਂਟੋ ਤੋਂ ਸ਼ੁਰੂ ਹੋਇਆ ਸੀ ਤੇ ਹੁਣੇ ਬ੍ਰੈਂਪਟਨ, ਵੈਨਕੂਵਰ, ਵਿਨੀਪੈਗ ਤੇ ਮਾਂਟਰੀਅਲ ਵਰਗੇ ਸ਼ਹਿਰ ਜਿਹੜੇ ਹਨ ਜੀ ਉੱਥੇ ਵੀ ਇਹ ਪਹੁੰਚ ਚੁੱਕਾ ਹੈ। ਅੱਜ ਤੁਹਾਨੂੰ ਇਹ ਦੱਸ ਦਈਏ ਕਿ ਜਿਹੜੇ ਸਟੂਡੈਂਟ ਹਨ ਜੀ ਤਕਰੀਬਨ ਅਗਸਤ ਦੇ ਜਿਹੜੇ ਲਾਸਟ ਵਾਲਾ ਹਫ਼ਤਾ ਸੀ ਉਸ ਸਮੇਂ ਤੋਂ ਬ੍ਰੈਂਪਟਨ ਦੀ ਜਿਹੜੀ ਕਵੀਨ ਸਟਰੀਟ ਪੈਂਦੀ ਹੈ ਜਿੱਥੇ ਪੱਕਾ ਧਰਨਾ ਲਾ ਕੇ ਬੈਠੇ ਹੋਏ ਹਨ। ਬਾਕੀ ਕੈਨੇਡਾ ਸਰਕਾਰ ਦਾ ਜਿਹੜਾ ਫੈਸਲਾ ਹੈ ਜੀ ਵਿਦਿਆਰਥ ਇਸ ਕੰਬੀਨਲ ਦੱਸਿਆ ਗਿਆ ਕਿ ਤਕਰੀਬਨ 1.3 ਲੱਖ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਹਨ ਇਹਨਾਂ ਦੇ ਉੱਤੇ ਜਿਹੜਾ ਇਸ ਚੀਜ਼ ਦਾ ਅਸਰ ਪੈ ਸਕਦਾ ਹੈ ਹੁਣ ਜਿਹੜੀ ਖਬਰ ਤੁਹਾਨੂੰ ਦੱਸਣ ਜਾ ਰਹੀ ਹਾਂ ਜੀ ਜੇ ਤੁਸੀਂ ਇੰਡੀਅਨ ਲੋਕੋ ਦੇ ਤਰ੍ਹਾਂ ਦੇ ਵਾਸਤੇ ਜਿਹੜੀ ਖਬਰ ਸੁਣ ਕੇ ਮੈਨੂੰ ਤੁਹਾਨੂੰ ਇੱਕ ਮਾਣ ਮਹਿਸੂਸ ਹੋਏਗਾ ਜੋ ਵੀ ਆਪਾਂ ਇੰਡੀਆ ਦੇ ਵਿੱਚ ਲੋਕ ਰਹਿੰਦੇ ਹਾਂ ਉਹ ਚਾਹੇ ਉਹ ਸਟੇਟ ਕੋਈ ਵੀ ਹੋ ਸਕਦੀ ਹੈ ਜਿਹੜਾ ਆਪਾਂ ਭੋਜਨ ਖਾਂਦੇ ਹਾਂ ਇੰਡੀਆ ਦੇ ਵਿੱਚ ਉਹ ਕਈ ਵਾਰ ਆਪਾਂ ਨੂੰ ਲੱਗਦਾ ਸੀ ਕਿ ਆਪਾਂ ਰੋਟੀ ਖਾਂਦੇ ਹਾਂ ਤੇ ਬਾਹਰਲੇ ਲੋਕ ਜਿਹੜੇ ਹਨ ਜੀ ਇਹਨਾਂ ਦੇ ਭੋਜਨ ਸ਼ਾਇਦ ਜ਼ਿਆਦਾ ਵਧੀਆ ਹਨ ਤਾਂ ਤੂੰ ਹੋਣ ਜਿਹੜੀ ਇੰਡੀਅਨ ਭੋਜਨ ਦੀ ਥਾਲੀ ਹੈ ਜੀ ਇਸ ਨੂੰ ਸਭ ਤੋਂ ਜਿਹੜਾ ਉੱਪਰ ਰੱਖਿਆ ਗਿਆ ਹੈ ਇਸ ਨੇ ਜਿਹੜਾ ਹੈ ਜੀ ਇਨਾਮ ਜਿੱਤਿਆ ਹੈ ਚਾਈਨਾ ਨੂੰ ਵੀ ਇਸ ਨੇ ਹਰਾਇਆ ਹੈ ਜੀ ਆਪਾਂ G20 ਦੇਸ਼ ਜਿਹੜੇ ਬਹੁਤ ਅਮੀਰ ਦੇਸ਼ ਹੁੰਦੇ ਹਨ ਇੱਕ ਗਰੁੱਪ ਹੈ ਜੀ ਪੂਰੇ ਵਰਲਡ ਦੇ ਵਿੱਚ ਉਹਦੇ ਵਿੱਚ ਇੰਡੀਆ ਦਾ ਨੰਬਰ ਵੀ ਆਉਂਦਾ ਹੈ ਇਸ ਗਰੁੱਪ ਦੇ ਵਿੱਚ ਵੀ ਜਿਹੜਾ ਇੰਡੀਆ ਦਾ ਖਾਣ ਪੀਣ ਦਾ ਜਿਹੜਾ ਪੈਟਰਨ ਹੈ ਜੀ ਇਸ ਨੂੰ ਦੱਸਿਆ ਗਿਆ ਕਿ ਵਾਤਾਵਰਣ ਦੇ ਪੱਖੋਂ ਇਹ ਬਹੁਤ ਸੁਰੱਖਿਅਤ ਤੇ ਸੀਤਮੰਦ ਹੈ ਮਤਲਬ ਕਿ ਸਭ ਤੋਂ ਜਿਹੜੀ ਸੁਆਦੀਸ਼ਟ ਤੇ ਧਰਤੀ ਦੇ ਵਾਸਤੇ ਲਾਹੇਵੰਦ ਜਿਹੜਾ ਭੋਜਨ ਹੈ ਜੀ ਤੇ ਲੋਕਾਂ ਦੇ ਵਾਸਤੇ ਲਾਹੇਵੰਦ ਧਰਤੀ ਦੇ ਵਾਸਤੇ ਲਾਹੇਵੰਦ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਧਰਤੀ ਦੇ ਵਾਸਤੇ ਜਿਹੜਾ ਭੋਜਨ ਇਸ ਤਰ੍ਹਾਂ ਪੈਦਾ ਕੀਤਾ ਜਾਂਦਾ ਹੈ ਇਹ ਜਿਹੜਾ ਤਰੀਕਾ ਹੈ ਜੀ ਸੇਫ ਹੈ ਇੰਡੀਆ ਨੂੰ ਨੰਬਰ 1 ਮਿਲਿਆ ਹੈ ਇੰਡੋਨੇਸ਼ੀਆ ਨੂੰ ਦੂਸਰੇ ਨੰਬਰ ਤੇ ਆਇਆ ਹੈ ਤੇ ਚਾਈਨਾ ਤੀਸਰੇ ਨੰਬਰ ਤੇ ਉੱਤੇ ਹੁੰਦਾ ਹੈ ਬਾਕੀ ਦੇ ਵਿੱਚ ਸਭ ਤੋਂ ਜਿਹੜਾ ਮਾੜਾ ਭੋਜਨ ਹੈ ਜੀ ਉਹਦੇ ਵਿੱਚ ਅਮਰੀਕਾ ਹੈ ਜੀ ਅਰਜنٹਾਈਨਾ ਤੇ ਆਸਟ੍ਰੇਲੀਆ ਇਹਨਾਂ ਦਾ ਜਿਹੜਾ ਭੋਜਨ ਹੈ ਜੀ ਸਭ ਤੋਂ ਘੱਟ ਟਿਕਾਊ ਹੈ ਅੱਛੇ ਤੁਹਾਨੂੰ ਇਹ ਦੱਸ ਦਈਏ ਕਿ ਜਿਹੜੀ ਰਿਪੋਰਟ ਹੈ ਜੀ ਨਿਊ ਰਿਪੋਰਟ ਆਈ ਹੈ ਜਿਹੜੀ ਇਹ ਇੰਡੀਆ ਦੀ ਮਾਰੇ ਜਿਹੜੀ ਸ਼ਾਨਦਾਰ ਥਾਲੀ ਹੈ ਭੋਜਨ ਦੀ ਇਹਨੂੰ ਇੰਟਰਨੈਸ਼ਨਲ ਪੱਧਰ ਤੇ ਸਭ ਤੋਂ ਵਧੀਆ ਤੇ ਟਿਕਾਊ ਭੋਜਨ ਜਿਹੜਾ ਐਲਾਨ ਕੀਤਾ ਗਿਆ ਹੈ ਇਹ ਕੋਈ ਮਲੇ ਛੋਟੀ ਮੋਟੀ ਗੱਲ ਨਹੀਂ ਹੈ ਬਾਕੀ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਜਿਹੜੀ ਹੈ ਜੀ ਜੇਦਾ ਟਾਵਰ ਇਹਦਾ ਜਿਹੜਾ ਨਿਰਮਾਣ ਹੈ ਜੀ ਸ਼ੁਰੂ ਕਰ ਦਿੱਤਾ ਗਿਆ ਹੈ ਦੁਵਾਰਾ 7 ਸਾਲ ਤੋਂ ਬਾਅਦ 7 ਸਾਲ ਤੱਕ ਜਿਹੜਾ ਕੰਮ ਸੀ ਬੰਦ ਰਿਹਾ ਸੀ ਤੇ ਸਾਊਦੀ ਅਰਬ ਦੇ ਜੇਦਾ ਦੇ ਵਿੱਚ ਜਿਹੜਾ ਕੰਮ ਦੁਵਾਰਾ ਸ਼ੁਰੂ ਹੋ ਚੁੱਕਾ ਹੈ ਜਦੋਂ ਇਹ ਕੰਪਲੀਟ ਹੋ ਜਾਵੇਗੀ ਤੇ ਇਹਦੀ ਜਿਹੜੀ ਉਚਾਈ ਹੋਏਗੀ 1000 ਮੀਟਰ ਮਤਲਬ ਕਿ 1 ਕਿਲੋਮੀਟਰ ਉੱਚੀ ਜਿਹੜੀ ਬਿਲਡਿੰਗ ਹੋਏਗੀ ਤੇ ਦੁਬਈ ਦਾ ਜਿਹੜਾ ਬੁਰਜ ਖਲੀਫਾ ਹੈ ਜੀ ਉਸ ਤੋਂ ਵੀ 500 ਫੁੱਟ ਜ਼ਿਆਦਾ ਜਿਹੜੀ ਇਸਦੀ ਹਾਈਟ ਹੋਵੇਗੀ ਤੇ ਇਸ ਦੀਆਂ 205 ਮੰਜ਼ਲਾਂ ਹੋਣਗੀਆਂ ਤੇ ਇਸ ਦੇ ਜਿਹੜਾ ਖਰਚਾ ਆਏਗਾ 16000 ਕਰੋੜ ਰੁਪਏ ਦਾ ਖਰਚਾ ਇਸ ਉੱਤੇ ਆਵੇਗਾ ਇੱਥੇ ਵੀ ਦੱਸ ਦਈਏ ਕਿ ਬੁਰਜ ਖਲੀਫਾ ਜਿਹੜੀ ਹੈ ਜੀ 828 ਮੀਟਰ ਉੱਚੀ ਹੈ ਤੇ ਜਿਹੜੀ ਨਵੀਂ ਬਿਲਡਿੰਗ ਹੈ ਜੀ 2028 ਦੇ ਵਿੱਚ ਪੂਰੀ ਹੋਵੇਗੀ ਅਮਰੀਕਨ ਡਾਲਰ ਰੇਟ 84 ਰੁਪਏ 12 ਪੈਸੇ ਕੈਨੇਡੀਅਨ ਡਾਲਰ ਦਾ ਰੇਟ ਜਿਹੜਾ ਹੈ ਜੀ ਉਹ ਵੀ ਤੁਹਾਨੂੰ ਦੱਸ ਰਹੇ ਹਾਂ 61 ਰੁਪਏ 14 ਪੈਸੇ ਅਸਟਰੀਲੀਅਨ ਡਾਲਰ 56 ਰੁਪਏ 84 ਪੈਸੇ ਯੂਰੋਪੀਅਨ ਯੂਰੋ 92 ਰੁਪਏ 5 ਪੈਸੇ ਨਿਊਜ਼ੀਲੈਂਡ ਦਾ ਡਾਲਰ 51 ਰੁਪਏ 45 ਪੈਸੇ ਦੁਬਈ ਤੇ ਦਰਾਂ 22 ਰੁਪਏ 90 ਪੈਸੇ ਤੇ ਇੰਗਲੈਂਡ ਦਾ 1 ਪਾਉਂਡ 109 ਰੁਪਏ 99 ਪੈਸੇ ਉੱਤੇ ਚੱਲ ਰਿਹਾ ਹੈ ਵੀਡੀਓ ਦੇ ਲਾਸਟ ਵਿੱਚ ਸਾਰੇ ਵੀਰਾਂ ਭੈਣਾਂ ਬਜ਼ੁਰਗਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ WhatsApp ਗਰੁੱਪ ਜਿਹੜੇ ਹੁੰਦੀਆਂ ਜੀ ਉਹਦੇ ਉੱਤੇ ਵੀ ਤੁਸੀਂ ਜ਼ਰੂਰ ਸ਼ੇਅਰ ਕਰਿਆ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ